ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਬੱਬੂ, ਤੁਸੀਂ ਦੇਖ ਰਹੇ ਹੋ ਬੱਬੂ ਟੈਕਨੀਕਲ ਚੈਨਲ। ਇਹ ਪ੍ਰੋਜੈਕਟ ਆਪਾਂ ਇੱਕ ਮਹੀਨਾ ਪਹਿਲਾਂ ਲਾਇਆ ਸੀਗਾ, ਉਦੋਂ ਧੁੱਪ ਬਹੁਤ ਘੱਟ ਸੀਗੀ ਤਾਂ ਕੋਈ ਪਾਣੀ ਦਾ ਪ੍ਰੈਸ਼ਰ ਵਧੀਆ ਨਹੀਂ ਬਣਿਆ। ਵੀਡੀਓ ਆਪਾਂ ਤੁਸੀਂ ਪਾਈ ਆ, ਪਰ ਕੋਈ ਪਾਣੀ ਦਾ ਪ੍ਰੈਸ਼ਰ ਨਹੀਂ ਬਣਿਆ। ਆਪਾਂ ਦੁਬਾਰਾ ਆਏ ਸੀ ਇੱਥੇ ਡਰਾਈਵ ਦੀ ਸੈਟਿੰਗ ਚੈੱਕ ਕਰਨ, ਕਿਉਂਕਿ ਉੱਧਰ ਧੁੱਪ ਹੈਣੀ ਸੀ ਅਤੇ ਡਰਾਈਵ ਦੀ ਸੈਟਿੰਗ ਅਸੀਂ ਕਰ ਨਹੀਂ ਪਾਏ। ਅਤੇ ਅੱਜ ਇਹਦੀ ਸੈਟਿੰਗ ਕੀਤੀ ਆ ਅਤੇ ਪਾਣੀ ਥੋੜ੍ਹਾ ਜਿਹਾ ਵਧਿਆ, ਹਜੇ ਵੀ ਪ੍ਰੋਪਰ ਧੁੱਪ ਹੈਣੀ ਅਤੇ ਪਾਣੀ ਦਾ ਪ੍ਰੈਸ਼ਰ ਵੇਖ ਸਕਦੇ ਚੰਗਾ ਹੈ 4 ਇੰਚੀ। ਇੱਥੇ ਆਪਾਂ ਲਾਇਆ 9 ਪੈਨਲ, ਵਿਖਾਉਣੇ ਤੁਹਾਨੂੰ ਆਪਾਂ ਪੈਨਲ ਕਿਹੜੀ ਕੰਪਨੀ ਦੇ, ਡਰਾਈਵ ਚੈੱਕ ਕਰਾਉਣੇ ਆ, ਸਾਰਾ ਕੁਝ ਚੈੱਕ ਕਰਾਉਣੇ ਆ। ਵੇਖ ਸਕਦੇ ਪ੍ਰੋਜੈਕਟ ਲੱਗਿਆ ਪਿਛਲੇ ਪਾਸੇ, ਬਹੁਤ ਵਧੀਆ ਲੱਗਿਆ, ਹੈਵੀ ਸਟਰਕਚਰ ਦੇ ਵਿੱਚ ਆ ਇਹ, ਅਤੇ ਕੋਈ ਵੀ ਤਾਰ ਥੱਲੇ ਨਹੀਂ ਲਟਕਦੀ। ਇਹ ਲੂਬੀ ਕੰਪਨੀ ਦੇ ਪੈਨਲ ਆ, 335 ਵਾਟ, ਅਤੇ ਸਪੋਰਟ ਪਾਈਪਾਂ ਵੀ ਬਹੁਤ ਮੋਟੇ ਸੈਚ ਆ। ਇੱਕ ਗੱਲ ਹੋਰ ਗੌਰ ਕਰਨ ਵਾਲੀ ਆ ਵੀ ਸਪੋਰਟ ਪਾਈਪਾਂ ਕੋਰਨਰ ਨੂੰ ਜਾਂਦੀਆਂ, ਜਿਹੜੇ ਪ੍ਰੋਜੈਕਟ ਦੀਆਂ ਸਪੋਰਟ ਪਾਈਪਾਂ ਗੁੱਠਾਂ ਨੂੰ ਜਾਂਦੀਆਂ ਉਹ ਹਿਲਦਾ ਨਹੀਂ ਨੇਰੀ ਦੇ ਵਿੱਚ। ਕਈ ਜਿਵੇਂ ਸਪੋਰਟ ਪਾਈਪਾਂ ਇੱਥੇ ਸੈਂਟਰ 'ਚ ਲੱਗ ਜਾਂਦੀਆਂ, ਉਹਦੇ ਨਾਲ ਪ੍ਰੋਜੈਕਟ ਕੰਨੀਆਂ ਤੋਂ ਹਿਲਦਾ ਰਹਿੰਦਾ। ਵਿਖਾਉਣੇ ਤੁਹਾਨੂੰ ਆਪਾਂ ਡਰਾਈਵ, ਇੱਥੇ ਲਾਈ ਆਪਾਂ ਵਾਰੀ ਕੰਪਨੀ ਡਰਾਈਵ, 45 ਦੇ ਕਰੀਬ ਰਨ ਕਰ ਰਹੀ ਆ। ਇਹ ਡਰਾਈਵ ਦਾ ਸੀਰੀਅਲ ਨੰਬਰ ਚੈੱਕ ਕਰ ਸਕਦੇ ਹੋ ਤੁਸੀਂ, ਇਹ ਰੀਜਨਲ ਪੈਨਲ ਲੂਬੀ ਕੰਪਨੀ ਦੇ, ਦੇਖ ਸਕਦੇ ਹਾਂ ਸ਼ੀਸ਼ੇ ਦੇ ਵਿੱਚ ਮੈਂਸ਼ਨ ਕੀਤਾ ਏ। ਇਹੋ ਜਿਹੀਆਂ ਹੋਰ ਵੀਡੀਓ ਵੇਖਣ ਲਈ ਲਾਈਕ, ਕਮੈਂਟ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ, ਬੈਲ ਆਈਕਨ 'ਤੇ ਕਲਿੱਕ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਵੀਡੀਓ ਵੇਖਣ ਲਈ ਬਹੁਤ ਬਹੁਤ ਥੈਂਕ ਯੂ।